ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਭਾਈ ਸੁਖਵਿੰਦਰ ਸਿੰਘ ਨਾਗੋ ਕੇ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸਤਿ ਸੰਗਤ ਜੀ, ਅੱਜ ਇੰਟਰਨੈਟ ਰਾਹੀਂ ਕੁਝ ਖਬਰਾਂ ਸੁਣੀਆਂ ਵਾ, ਜਿਸ ਵਿੱਚ ਭਾਈ ਰਣਜੀਤ ਸਿੰਘ ਜੀ ਨੇ ਇੱਕ ਕੇਸਾਧਾਰੀ ਬੀਬੀ ਬਾਰੇ ਕੁਝ ਆਪਣੇ ਵਿਚਾਰ ਪ੍ਰਗਟ ਕੀਤੇ ਆ ਪੰਥਕ ਏਕਤਾ ਦੇ ਸੰਬੰਧ ਵਿੱਚ। ਉਹਦੇ ਸੰਬੰਧ ਵਿੱਚ ਜੋ ਖਬਰਾਂ ਆਈਆਂ ਵਾ, ਉਹ ਤੋਂ ਬਾਅਦ ਜੋ ਕੁਝ ਨੈੱਟ ਦੇ ਉੱਤੇ ਬਾਅਦ ਦੇ ਵਿੱਚ ਹੋਰ ਖਬਰਾਂ ਆਈਆਂ, ਉਹ ਸੁਣ ਕੇ ਦਾਸ ਦਾ ਮਨ ਭਲੂੰਦੜਿਆ ਗਿਆ। ਸਤਿ ਸੰਗਤ ਜੀ, ਭਾਈ ਰਣਜੀਤ ਸਿੰਘ ਦਾ ਅਸੀਂ ਬਹੁਤ ਸਤਿਕਾਰ ਕਰਦੇ ਸਾਂ। ਦਾਸ ਨੇ ਇਹ ਪੰਥਕ ਏਕਤਾ ਵਾਸਤੇ ਭਾਈ ਰਣਜੀਤ ਸਿੰਘ ਦੇ ਨਾਲ ਬੜੇ ਕੋਸ਼ਿਸ਼ ਕੀਤੀ ਭਈ ਇਹਦੇ ਨਾਲ ਮਿਲ ਕੇ ਅਤੇ ਸਾਰੇ ਜਥੇਬੰਦੀਆਂ ਨੂੰ ਇਕੱਠਿਆਂ ਕੀਤਾ ਜਾਵੇ। ਦਾਸ ਨੇ ਹੋਲੈਂਡ, ਫਰਾਂਸ, ਜਰਮਨ ਦੇ ਸਿੰਘਾਂ ਨੂੰ ਬੇਨਤੀਆਂ ਕੀਤੀਆਂ, ਇੱਥੋਂ ਤੱਕ ਕਿ ਇਹਨਾਂ ਦੇ ਪੀਏ ਨਾਲ ਮੇਰਾ ਪਿਆਰ ਸੀਗਾ ਭਾਈ ਅਵਤਾਰ ਸਿੰਘ ਭੁੱਲਾ, ਜਿਹੜੇ ਅੰਮ੍ਰਿਤਸਰ ਵਿੱਚ ਬਹੁਤ ਵਧੀਆ ਸੇਵਾਵਾਂ ਨਿਭਾਉਂਦੇ ਆ, ਅਤੇ ਉਹਨਾਂ ਨੂੰ ਮੈਂ ਬੇਨਤੀਆਂ ਕੀਤੀਆਂ ਵੀ ਮੇਰੀ ਉਹਨਾਂ ਨਾਲ ਗੱਲ ਕਰਾਓ, ਆਪਾਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਆ ਰਹੀਆਂ ਵਾਂ, ਉਹਨਾਂ ਵਿੱਚ ਸਾਰੇ ਭਰਾ ਇਕੱਠੇ ਹੋ ਕੇ ਅਤੇ ਆਪਾਂ ਜੋ ਚੋਣਾਂ ਸੰਬੰਧੀ ਕੋਈ ਫੈਸਲਾ ਲੈ ਸਕੀਏ। ਸਤਿ ਸੰਗਤ ਜੀ, ਉਸ ਤੋਂ ਬਾਅਦ ਗੱਲਾਂ ਨਿਕਲਦੀਆਂ ਨੇ ਇੰਟਰਨੈੱਟ ਰਾਹੀਂ। ਅੱਜ ਜੋ ਮੈਂ ਇੰਟਰਨੈੱਟ 'ਤੇ ਸੁਣਿਆ ਵਾਂ ਨਿਰੰਕਾਰੀ ਕਾਂਡ ਬਾਰੇ, ਸਤਿ ਸੰਗਤ ਜੀ, ਅਸੀਂ ਕਦੀ 40 ਸਾਲ ਤੋਂ ਕਦੀ ਵੀ ਨਹੀਂ ਸੀ ਬੋਲੇ, ਸਾਰਾ ਸੰਘਰਸ਼ ਪਿੰਡੇ 'ਤੇ ਹੰਡਾਇਆ। ਅਸੀਂ ਕੋਈ ਲੀਡਰੀ ਚਮਕਾਉਣ ਵਾਸਤੇ ਜਾਂ ਕੋਈ ਚੋਣਾਂ ਲੜਨ ਵਾਸਤੇ ਅਸੀਂ ਅੱਜ ਤੱਕ ਕੋਈ ਉਪਰਾਲਾ ਨਹੀਂ ਕੀਤਾ, ਕਿਉਂਕਿ ਸਾਡੇ ਜਿਹੜੇ ਭਰਾ ਸ਼ਹੀਦ ਹੋ ਗਏ ਆ ਉਹਨਾਂ ਨੇ ਵੀ ਪੰਥ ਨੂੰ ਮੁੱਖ ਦਿਆ, ਪੰਥ ਦੀ ਪੰਥਕ ਏਕਤਾ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਨਰਾਦਰੀ ਦੇ ਸੰਬੰਧ ਦੇ ਵਿੱਚ ਪੰਥ ਦੀਆਂ ਸੇਵਾਵਾਂ ਕਰਦੇ ਕਰਦੇ ਸ਼ਹੀਦ ਹੋਏ ਆ। ਸਭ ਤੋਂ ਪਹਿਲਾਂ ਭਾਈ ਕੁਲਵੰਤ ਸਿੰਘ ਜੀ ਨਾਗੋ ਕੇ, ਫਿਰ ਉਸ ਤੋਂ ਬਾਅਦ ਜਿਸ ਤਰ੍ਹਾਂ ਸਮਾਂ ਬੀਤਦਾ ਗਿਆ ਸਾਡੇ ਸਿੰਘ ਭਾਈ ਸੁਰਿੰਦਰ ਸਿੰਘ ਜੀ, ਉਹ ਸਾਡੇ ਮਹਿਮਾਨ ਸਨ, ਭਾਈ ਮੇਜਰ ਸਿੰਘ ਨਾਗੋ ਕੇ, ਭਾਈ ਲੱਖਾ ਸਿੰਘ ਨਾਗੋ ਕੇ, ਭਾਈ ਗੁਰਮੁਖ ਸਿੰਘ ਨਾਗੋ ਕੇ, ਭਾਈ ਗੁਰਮੇਜ ਸਿੰਘ ਜੀ ਨਾਗੋ ਕੇ, ਹੈ ਭਾਈ ਜੱਸਾ ਸਿੰਘ ਜੀ ਨਾਗੋ ਕੇ, ਭਾਈ ਗਿਆਨ ਸਿੰਘ ਅਤੇ ਉਹਦੀ ਸਿੰਘਣੀ, ਉਹਨਾਂ ਨੂੰ ਦੋ ਗਿਆਨ ਸਿੰਘ ਹੋਏ ਆ ਜੀ, ਇੱਕ ਗਿਆਨ ਸਿੰਘ ਭਾਈ ਰਣਜੀਤ ਸਿੰਘ ਜੀ ਦੇ ਨਾਲ ਸੀਗੇ, ਉਹ ਵੀ ਸਾਡੇ ਪਿੰਡ ਦੇ ਮਹਿਮਾਨ ਸੀਗੇ। ਅਤੇ ਗੱਲ ਕਰੀਏ ਆਪਾਂ ਨਿਰੰਕਾਰੀ ਕਾਂਡ ਦੀ। ਸਤਸੰਗ ਜੀ, ਜਦੋਂ ਨਿਰੰਕਾਰੀ ਕਾਂਡ ਹੋਇਆ, ਅੱਜ ਮੈਂ ਸਭ ਸੱਚਾਈਆਂ ਦੱਸ ਦੇਣੀਆਂ ਸਤਸੰਗ ਜੀ, ਜੋ ਖਬਰਾਂ ਸੁਣੀਆਂ ਨਾ, ਖਬਰਾਂ ਸੁਣ ਕੇ ਮਨ ਬਹੁਤ ਦੁਖੀ ਹੋਇਆ, ਮਨ ਇੰਨਾ ਜ਼ਿਆਦਾ ਦੁਖੀ ਹੋਇਆ ਵਾ। ਅੱਗੇ ਤਾਂ ਸਿਰਫ ਸੁਣਦੇ ਹੀ ਸੀਗੇ ਆਪਣੇ ਸਿੰਘਾਂ ਤੋਂ, ਪੁਰਾਣੇ ਸਿੰਘਾਂ ਤੋਂ, ਜੋ ਟਕਸਾਲ ਦੇ ਸਿੰਘ ਸੀ, ਜਿਸ ਤਰ੍ਹਾਂ ਕਹਿੰਦੇ ਸੀ ਭਾਈ ਗਿਆਨ ਸਿੰਘ ਦਾ ਨੁਕਸਾਨ ਹੋਇਆ, ਅਸੀਂ ਫਿਰ ਵੀ ਸਬਰ ਕਰਕੇ ਬੈਠੇ ਸਾਂ, ਅਸੀਂ ਉਭਾਸਰਦੇ ਨਹੀਂ ਸੀਗੇ। ਅਤੇ ਅੱਜ ਭਾਈ ਗਿਆਨ ਸਿੰਘ ਦਾ ਮੀਡੀਆ ਰਾਹੀਂ ਸੁਣਿਆ ਵਾ ਭਾਈ ਉਹਨਾਂ ਦਾ ਨੁਕਸਾਨ, ਉਹ ਵੀ ਭਾਈ ਰਣਜੀਤ ਸਿੰਘ ਨੇ ਕੀਤਾ ਵਾ। ਬੜੇ ਦੁੱਖ ਦੀ ਗੱਲ ਆ, ਸਾਡੀ ਭੈਣ ਸਿਮਰਜੀਤ ਕੌਰ, ਭਾਈ ਗਿਆਨ ਸਿੰਘ ਦੀ ਪਤਨੀ, ਉਹਨੇ ਜਦੋਂ ਵੀ ਪੁੱਛਣਾ ਵੇ ਸੁਖਵਿੰਦਰ ਤੁਸੀਂ ਬਾਹਰ ਜਾਂਦੇ ਜੋ ਤੁਹਾਡੇ ਭਾਅ ਜੀ ਦਾ ਪਤਾ ਲੱਗਾ। ਉਹ ਵਿਚਾਰੀ ਕੰਧਾਂ ਨੂੰ ਸਿਰ ਮਾਰ ਮਾਰ ਕੇ, ਉਹਨੇ ਛੋਟੇ ਛੋਟੇ ਬੱਚੇ ਆਪਣੇ ਉਹਨੇ ਜਿਤਨਾ ਪੜ੍ਹਾਏ, ਅਤੇ ਅੱਜ ਸਾਡੀ ਭੈਣ ਨੂੰ ਜਦੋਂ ਉਹ
खबर सुनी होगी भई भाई ज्ञान सिंह का नुकसान ओदे साथी ने कर दिता। सतसंग जी बड़े दुख की गल आ, मैं ज्यादा तो नहीं कहना चाहता इस केस बारे, ये केस बारे भाई रणजीत सिंह ने कले ने यह काम नहीं किया, भाई ज्ञान सिंह जड़ा मेन सीगा, भाई रणजीत सिंह भी विच शामिल सी, भाई लखा सिंह शामिल सी, लखा सिंह नागो के साडा भरा, भाई मेजर सिंह नागो के साडा भरा, तीन ये नागो कहते सी, भाई काबल सिंह जी जिन्हां नूं नरंतर सिंह सिंह भी उन्हां दा नाम संतां ने प्यार दे नाल रख्या सीगा, इन्हां पंज ये पंज सिंह मेन सीगे, होर दस पंद्रह सिंह जदों वह कांड वापरिया उस तो बाद दस पंद्रह सिंह ते होर भी दिल्ली पुलिस ने मुकदमा दर्ज किया सीगा, बाद विच वह बरी हो गए। उन्हां दे विचों भी मैनूं एक दो नां याद आ, भाई ज्ञान सिंह, भाई अवतार सिंह जी। तो सतसंग जी उदों महापुरखां ने भाई रणजीत सिंह हुणां नूं मेरा ख्याल बंबे भेजा सीगा, किसी सेफ जगह दे उत्ते कोई फौज का अफसर सीगा, ते जो उत्थे इन्हां ने उत्थे अपना कारनामा कीता वह मैं दस नहीं सकता। सतसंग जी उस तो बाद हुण खबर सुनी आ भाई ज्ञान सिंह दी, भाई ज्ञान सिंह दे सानू कुछ सुराख पता लगे सीगे पे भाई रणजीत सिंह जी दे नाल भाई ज्ञान सिंह नू आखिरी वार मिलसी आ जो कपूरथले सुल्तानपुर लोधी दे लागे पिंड आ उत्थे इन्हां नू आखिरी वार वेख्या गया वा। उस तो बाद भाई ज्ञान सिंह का कोई पता नहीं लगा, पुलिस ने नहीं ज्ञान सिंह नू फड़िया। फिर वह सिंह कित्थे चला गया, एडा वड्डा केस ही। चलो जदों जथे दे विच दास भी महापुरखां दे नाल सी, संत जरनैल सोहना ना गुरु नानक निवास दे उत्ते जदों उत्थे कुछ गल्लां दा पता लगा ते भाई रणजीत सिंह जी हुणां ने इन्हां नूं दिसिया भी हुण मैं जे बाहर निकलिया तो मैनू पुलिस ने फड़ लेना, तो इत्थे भी मैनू हुण जथे दे सिंघां तों खतरा वा क्योंकि मैं हरकत ही इहो जी कर दित्ती आ। इन्हें भाई रणजीत सिंह ने टौड़े दी ओट ले ली, लौंगोवाल टौड़े दे बरनाला दे इन्हें टेटे चढ़ के तो उन्होंने गाड़ियों इन्हां नूं कहा भी तेरे कोई इक्को ही तरीका वा सिलेंडर कर दे अपने आप नूं। इन्हें सिलेंडर कर दिता जी, दिल्ली पुलिस ने इन्हूं फड़ लिया। चलो जो केस ये ते चलिया ये जेल दे विच चलिया गया। पर जो भाई ज्ञान सिंह बारे अज जो तथ्य सामने आए आ इन्हां मुख रखदिया होया मैं सतसंग जी अज मैं बहुत दुखी होया वा। वह साडा सत्कारयोग प्रौणा जिन्हें इन्नी मेहनत की साढ़े 78 दे विच जो 13 सिंह शहीद होए उन्हां दा बदला लैण वास्ते उन्हें बहुत ज़्यादा मेहनत करके सिख कौम दे जो निराशा पाई जा रही सीगी भी साढ़े सिंह निरंकारियां ने मार दिते आ उस नरकधारी नूं नरकां दी पौड़ी चढ़ा के, ते उह सिंह ने अपना कार्ज पूरा कर दिता पर अपणियां ने उहनूं खत्म कर दिता। मैं फिर भी इन्हां दा सत्कार करदा रहा, बड़े कोशिश कीती, मैं इन्हां नूं जेल च भी एक बार मिलन गया ते अपने वल्लों जो मैं गिफ्ट इन्हां वास्ते खड़िया इन्हां नूं मैं फड़ाया, इन्हां फड़ के पुआ के वह मारिया आंदा मेरे को तो ढेर लगे पए आ। मैं उत्तों उदों भी सबर करके आ गया। फिर मेरे पास जदों मैं दरबार साहब हजूरी रागी लगा सीगा, मेरा क्वार्टर सी बिल्डिंग कड़ा प्रसाद दे उपर, कनेडा तो
कुछ प्रेमी सिंह आए उदो 2000 दे विच जम्मू कश्मीर दे विच छत्ती सिंह चिट्टी सिंहपुरा विखे मार दिते गए सीगे। उदो भी हाहाकार मच गई सीगी ते दुनिया दे जिन्ने भी सिख हिरदे वलूंदड़े गए सीगे पे सिखां दे नाल ये कुछ की हो रहा। सरी तो साढ़े सत्कार योग भाई जसविंदर सिंह जी, मामा जोगिंदर सिंह जी ते होर सिंह उन्होंने की कीता, उन्होंने अपने को तिल फुल सेवा इकट्ठी करके ते मेरे को आए उत्थे हरिमंदर साहब मेरे क्वार्टर दे विच एक घंटा बैठे रहे। कहिंदे भाई रणजीत सिंह नूं मिलना जी, मैं क्या ठीक है आपां चलदे हां। संपर्क किया इहदे नाल अंदर मैं घरे ही हाँ, मैं इन्हां नूं गुरु रामदास होस्पिटल दे विच जो इन्हां ने अकाल तख्त साहब दे जथेदार तो बाद भी जिहड़ी रहायश छड्डदे नहीं सीगे उहदे विच उहनां दा निवास सीगा, मैं उत्थे लै गया ते उत्थे जा के जदों बैठे ते इन्हां प्रेमियां ने इन्हां ने आख्या सिंह साहब जी ਇਹ ਬੈਗ ਬੈਗ ਫੜ ਕੇ ਤੇ ਮੇਜ਼ ਦੇ ਉੱਤੇ ਰੱਖ ਦਿੱਤਾ, ਉਹ 'ਚ ਲੱਖਾਂ ਰੁਪਈਏ ਸੀ ਅਤੇ ਕਹਿੰਦੇ ਜਿਹੜੇ ਛੱਤੀ ਸਿੰਘ ਚਿੱਟੀ ਸਿੰਘਪੁਰਾ ਉੱਥੇ ਸ਼ਹੀਦ ਹੋ ਚੁੱਕੇ ਆ ਇਹ ਸਾਰੇ ਮਾਇਆ ਉਹਨਾਂ ਨੂੰ ਦੇਣੀ ਆ। ਦਾਸ ਨੇ ਜਦੋਂ ਵੇਖਿਆ ਤੇ ਦਾਸ ਦੇ ਪੈਰ ਠਿਣਕ ਗਏ ਕਿਉਂਕਿ ਸਤਸੰਗ ਦੀ ਮੈਂ ਜਾਣਦਾ ਸੀ ਇਹਨਾਂ ਭਾਈ ਰਣਜੀਤ ਸਿੰਘ ਹੁਣਾਂ ਨੂੰ ਮੈਂ ਇਹਨਾਂ ਨੂੰ ਬਹੁਤ ਕਰੀਬੀ ਤੌਰ 'ਤੇ ਬਹੁਤ ਨੇੜੇ ਤੋਂ ਜਾਣਦਾ ਵਾਂ। ਸਾਡੇ ਭਰਾਵਾਂ ਨੇ ਭਾਈ ਸ਼ਹੀਦ ਭਾਈ ਮੇਜਰ ਸਿੰਘ ਹੁਣਾਂ ਨੇ, ਭਾਈ ਲੱਖਾ ਸਿੰਘ ਹੁਣਾਂ ਨੇ, ਭਾਈ ਸੁਰਿੰਦਰ ਸਿੰਘ ਹੁਣਾਂ ਨੇ ਦੱਸਿਆ ਵਾ ਇਹਦੇ ਬਾਰੇ ਕਿਸ ਤਰ੍ਹਾਂ ਦਾ ਵਾ, ਇਹਦਾ ਹਿਸਾਬ ਕਿਤਾਬ ਕੀ ਆ। ਮੈਂ ਜ਼ਿਆਦਾ ਦੂਰ ਤੱਕ ਨਹੀਂ ਜਾਣਾ ਚਾਹੁੰਦਾ, ਚਲੋ ਮੈਂ ਚੁੱਪ ਕੀਤਾ ਰਿਹਾ। ਉਹ ਸਿੰਘ ਦੇ ਕੇ ਇਹਨੂੰ ਮਾਇਆ ਫੋਟੋ ਵੀ ਲੱਥੀ ਆ, ਆ ਨਾਲ ਮੈਂ ਫੋਟੋ ਵੀ ਤਾਂ ਭੇਜੀ ਆ ਇਹਨਾਂ ਭਾਈ ਪ੍ਰੀਤ ਸਿੰਘ ਸੈਣੀ ਨੂੰ, ਉਹ ਵੇਖ ਲਓ ਤੁਸੀਂ। ਬਾਹਰ ਗੇਟ ਤੋਂ ਬਾਹਰ ਆਣ ਕੇ ਅਤੇ ਸਾਡੇ ਉਹ ਸਤਿਕਾਰਯੋਗ ਜਿਹੜੇ ਦਾਨੀ ਵੀਰ ਜਿਨ੍ਹਾਂ ਨੇ ਸੇਵਾ ਭੇਜੀ ਸੀਗੀ ਉਹ ਮੈਨੂੰ ਕਹਿੰਦੇ ਭਾਈ ਸਾਹਿਬ ਜੀ ਅਸੀਂ ਠੀਕ ਹੀ ਕੀਤਾ। ਮੈਂ ਭਰਿਆ ਪਿਆ ਸੀਗਾ, ਮੈਂ ਉਹਨਾਂ ਨੂੰ ਕਿਹਾ ਵੀ ਤੁਹਾਡੇ ਪੈਸੇ ਤਾਂ ਪਹੁੰਚ ਗਏ ਆ। ਉਹ ਨਾ ਮੇਰੇ ਯਾਰ ਖਲੋ ਗਏ ਉੱਥੇ ਥੋੜ੍ਹਾ ਜਿਹਾ ਅੱਗੇ ਆ ਕੇ, ਤਾਂ ਮੈਂ ਕਿਹਾ ਅੱਗੇ ਆ ਜਾਓ ਥੋੜ੍ਹਾ ਜਿਹਾ ਅੱਗੇ ਆ ਕੇ। ਮੈਂ ਕਿਹਾ ਭਰਾਓ ਤੁਸੀਂ ਐਡੀ ਦੂਰੋਂ ਚੱਲ ਕੇ ਆਏ, ਫਿਰ ਤੁਸੀਂ ਪਿੰਡ ਆਏ ਆਪਣੇ, ਉੱਥੋਂ ਚੱਲ ਕੇ ਤੁਸੀਂ ਫਿਰ ਮੇਰੇ ਵਾਲੇ ਆਏ, ਅਤੇ ਤੁਸੀਂ ਇੱਕ ਘੰਟਾ ਮੇਰੇ ਘਰ ਬੈਠੇ ਰਹੇ, ਤੁਸੀਂ ਉਦੋਂ ਮੈਨੂੰ ਦੱਸਿਆ ਹੁੰਦਾ ਅਤੇ ਆਪਾਂ ਹੋਰ 2 ਘੰਟੇ ਲਾ ਕੇ ਅਤੇ ਆਪਾਂ ਜੰਮੂ ਚੱਲ ਜਾਂਦੇ, ਅਤੇ ਉੱਥੋਂ ਉਹਨਾਂ ਨੂੰ ਸਿੰਘਾਂ ਨੂੰ ਸੱਦ ਲੈਂਦੇ ਅਤੇ ਉਹਨਾਂ ਨੂੰ ਡਿਵਾਈਡ ਕਰ ਦਿੰਦੇ ਆਪਾਂ ਪੈਸੇ, ਅਤੇ ਚਲੋ ਠੀਕ ਆ। ਮੈਂ ਕਿਹਾ ਮੇਰੀ ਆਤਮਾ ਨਹੀਂ ਜੇ ਮੰਨਦੀ, ਪੈਸੇ ਉਹਨਾਂ ਨੂੰ ਪਹੁੰਚਣਗੇ, ਚਲੋ ਠੀਕ ਆ, ਮੈਂ ਗਲਤ ਹੋ ਸਕਦਾ, ਸੋਰੀ। ਉਹ ਸਾਧ ਸੰਗਤ ਜੀ ਮੈਨੂੰ ਇੱਕ ਦਿਨ ਮਨ ਦੇ ਵਿੱਚ ਆਇਆ, ਮੈਂ ਕਿਹਾ ਪ੍ਰੀਤ ਸੈਣੀ ਜੀ ਇਸ ਤਰ੍ਹਾਂ ਗੱਲ ਆ। ਪ੍ਰੀਤ ਸੈਣੀ ਜੀ ਨੇ ਹਿੰਮਤ ਕੀਤੀ, ਮਿਹਨਤ ਕੀਤੀ, ਜੰਮੂ ਜਾ ਕੇ ਉਹ ਜਿਹੜੇ 35 ਸਿੰਘ 36 ਸਿੰਘ ਉਦੋਂ ਸ਼ਹੀਦ ਹੋ ਗਏ ਸੀ, ਉਹਨਾਂ 'ਚੋਂ ਇੱਕ ਬਚ ਗਿਆ ਸੀਗਾ ਭਾਈ ਨਾਨਕ ਸਿੰਘ ਜੀ, ਉਹਦੇ 5 ਘਰ ਦੇ ਮੈਂਬਰ ਮਾਰੇ ਗਏ ਅਤੇ ਉਹ ਉਹਨਾਂ ਦੇ ਨਾਲ ਹੀ ਜ਼ਖਮੀਆਂ ਦੇ ਨਾਲ ਹੀ ਉਹ ਡਿੱਗ ਪਿਆ ਅਤੇ ਘਿਸਣ ਮਾਰ ਲਈ। ਫਿਰ ਉਹਦੀ ਇੰਟਰਵਿਊ ਤੁਸੀਂ ਸੁਣੀ ਆ ਮੈਂ ਅੱਜ, ਉਹਨੇ ਕਿਹਾ ਵੀ ਜਦੋਂ ਉਹਨਾਂ ਦੇ ਜੋ CA ਸੀਗਾ ਉਹਨੇ ਆਖਿਆ ਵੀ ਇਹਨਾਂ ਦੇ ਇੱਕ ਇੱਕ ਹੋਰ ਮਾਰੋ, ਉਹਨੇ ਆਪਣੇ ਜੀਂਦਾ ਸੀ ਉਹ ਸਿੰਘ ਉਹਦੇ ਜਦੋਂ ਉਹਦੇ ਗੋਲੀ ਮਾਰੀ ਤੇ ਉਹ ਆਂਦਾ ਉਹਨੇ ਦੱਸਿਆ ਵੀ ਮੈਂ ਹਿੱਲਿਆ ਨਹੀਂ, ਉਹਦੇ ਜੋੜਾਂ ਦੇ ਵਿੱਚ ਚੂਲੇ ਦੇ ਵਿੱਚ ਉਹ ਫਸ ਗਈ ਉਹ ਗੋਲੀ, ਕਿਸ ਤਰ੍ਹਾਂ ਉਹਨੇ ਆਪਣੀ ਜਾਨ ਬਚਾਈ ਉਹਦੀ ਇੰਟਰਵਿਊ ਤੁਸੀਂ ਸੁਣੀ ਲਈ ਹੋਣੀ ਆ।
साध संगत जी वो जेडे पैसे उन्हां को पता कीता वो आंदे सानू नहीं मिले। फिर मैं उन्होंने फोन दे उत्ते ये भी पूछया भाई नानक सिंह जी नू भाई भाई रणजीत सिंह जी तुहानू उतरा कदी मिलना आए हुण? वो आंदे उतरा भी नहीं आए। साध संगत जी हुण तुसीं फैसला करना वा ये भाई रणजीत सिंह जी एक बन्ने पंथ दा वास्ता पाउण डए आ श्रोमणी कमेटी नू रौला पा के कहण डए भी तुसी चोर जो तुसी आ कपड़े करदे जो भी जे ओ कपड़े करदे आ ते तुसी आ जो कुछ करण डए जो तुहाडा सबूत आ तुसी ते हाली लगे भी नहीं गए ते तुसी गां सानू की यकीन आ तुहाडे ते भी तुसी ये श्रोमणी गुरुद्वारा प्रबंधक कमेटी नू साफ सुथरा अक्स दिओ कि तुसी अकाल तख्त साहब जी पदवी ते बैठ के इंसाफ दोगे। साध संगत जी मेरी एक बेनती आ मैनू होर ज्यादा नहीं साडा भाई ज्ञान सिंह जी जो ओदा नुकसान इन्होंने किया वा अहीं इह पुलिस प्रशासन तो भी मंग करदे आ भई इहदी इनकुआरी करके इह ते केस रजिस्टर किया जाए ते परिवार नूं इंसाफ मिल सके। मेरी हथ जोड़ के बेनती आ भाई ज्ञान सिंह दा सानू इंसाफ चाहिए वा अज सुन के मन विरुद्ध गया वा। मेरी साध संगत नूं बेनती आ भई उन्हां सिंघां दा साध संगत जी जिन्हां सिंघां दा चार सिंघ बाकी आ उन्हां दा इह नाम नहीं अज तक इन्हें लिया ना ये संत जरनैल सिंह जी का नाम लैंदा वा ते ये हुण तुसी सोचना वा भी संत जरनैल सिंह जी जां गलत सी जां वह सिंह चार जिहड़े सिंह सीगे वह गलत नहीं जां ये भाई रणजीत सिंह कल्ला सच्चा वा ये हुण फैसला तुहाडे हाथ आ। वाहिगुरू जी का खालसा वाहि